ਵੈਲਕਮ ਫਰੈਂਡਸ ਟੂ ਏਲਸ ਮਾਰਕੀਟ ਮੇਰ ਅੱਜ ਆਏ ਹਾਂ ਅਸੀਂ ਸ਼ਿਖਾ ਹੈਂਡਲੂਮ ਤੇ ਇਹਨਾਂ ਕੋਲ ਦੇਖਦੇ ਕੀ ਸਮਾਨ ਹੈਗਾ ਤੋ ਆ ਜੀ सर बताइए आपके पास क्या क्या वैरायटी है क्या क्या है आपके स्टोर में सब तो बोलते हैं वेलकम थोड़ा बहुत बहुत पानी वगैरह लोगे कुछ नहीं नहीं बस थैंक यू चाय पानी ठंडा थैंक यू थैंक यू सर अपने कोल साड़ी स्पेशलाइजेशन है हैंडलूम च साड़े कोल सारी चीज़ा होंगी है जिवें बेडशीट्स टॉप शीट्स ब्लैंकेट्स क्विल्ट्स दोहर्स अजकल जिवें चल रहे समर जिवें अपने कोल कंफर्टर सैट होंगे नाल बेडशीट नाल दो पिलो कवर नाल दो कंफर्ट कंफर्टर सिंगल च भी होंगे डबल च भी होंगे बाकी अपने कोल जिवें आ देखो हाँ अभी कंफर्टर सैट्स जो मैं गल कर रहा साढ़े को हर एक तरह के होंगे है जिमें स्टार्टिंग जो आप करिए भी घट रेंज तो लैके प्रीमियम तक प्रीमियम चीज़ तो साढ़े को जिनी मर्जी ले लो पर साढ़े को नॉर्मल रेंज मीडियम रेंज प्रीमियम सारी चीज़ होंगी है मतलब क्वालिटी के हिसाब ना भी आप किस तरह की क्वालिटी पसंद करते हैं भी सा मेन स्पैशलाइजेशन यही है जी जे भी असी सा जी चीज़ा होंगे बहुत यूनीक होंगे बहुत रॉयल प्रिंट्स होंगे है जिमें आ देखो ਸਾਡੇ ਕੋਲ ਆ ਕਾਰਟੂਨ ਸੈਕਸ਼ਨ ਵਾਲੇ ਕੰਫਰਟਰ ਸੈਟਸ ਹੈਗੇ ਆ ਜੇ ਕਈ ਬੱਚਿਆਂ ਨੂੰ ਜਿਵੇਂ ਬ੍ਰਾਈਟ ਕਲਰਸ ਪਸੰਦ ਹੈ ਆਪਾਂ ਬੱਚੇ ਲਈ ਡਬਲ ਬੈੱਡ ਦੇ ਕੰਫਰਟਰਸ ਲੈਣੇ ਉਹ ਚੀਜ਼ ਹੈਗੀ ਹੈ ਆ ਦੇਖੋ ਜਿਵੇਂ ਸਾਡੇ ਕੋਲ ਕਾਫੀ ਤਰ੍ਹਾਂ ਦੇ ਬਾਥਰੂਮਸ ਦੀ ਕੁਆਲਿਟੀ ਹੈਗੀ ਹੈ ਨੋਰਮਲ ਰੇਂਜ ਮਤਲਬ ਛੋਟੇ ਬੱਚਿਆਂ ਲਈ ਵੀ ਹੈ ਵੱਡੇ ਬੱਚਿਆਂ ਲਈ ਵੱਡਿਆਂ ਲਈ ਵੀ ਹੈਗੀ ਹੈ ਅਤੇ ਕਿਸੇ ਨੇ ਮਤਲਬ ਕੋਈ ਟੂਰ ਵਗੈਰਾ 'ਤੇ ਜਾਣਾ ਅੱਜ ਕੱਲ੍ਹ ਜਿਵੇਂ ਲੋਕ ਜਾਂਦੇ ਆ ਨਾ ਵੈਕੇਸ਼ਨ ਵਗੈਰਾ 'ਤੇ ਉਹਨਾਂ ਲਈ ਵੀ ਬਾਥਰੂਮਸ ਹੈਗੇ ਆ ਆਹ ਜਿਵੇਂ ਹੁਣ ਤੁਸੀਂ ਸਾਡਾ ਟਾਵਲ ਦੇਖੋ ਸਾਡੇ ਕੋਲ ਇਸ 'ਚ ਕਾਫੀ ਤਰ੍ਹਾਂ ਦੇ ਹੈਗੇ ਨੇ ਟਾਵਲਸ ਜਿਵੇਂ ਬੱਚੇ ਪਸੰਦ ਕਰਦੇ ਆ ਫੁੱਲ ਮਟੀਰੀਅਲ ਬਹੁਤ ਅੱਛਾ ਹੋਏਗਾ ਇੰਨੇ ਸੋਫਟ ਨੇ ਅਤੇ ਮਤਲਬ ਬੱਚਿਆਂ ਨੂੰ ਅੱਛਾ ਉਹਨਾਂ ਦਾ ਦੁਆਰਾ ਨਹਾਉਣ ਦਾ ਜੀ ਕਰਦਾ ਵੀ ਸਾਨੂੰ ਵੀ ਸਾਨੂੰ ਆਹ ਟਾਵਲ ਯੂਜ਼ ਕਰਨ ਦਾ ਮੌਕਾ ਮਿਲੇਗਾ ਅਤੇ ਸਾਡੇ ਕੋਲ ਜਿਵੇਂ ਆਹ ਟਾਵਲਸ ਹੈਂਡ ਟਾਵਲਸ ਬੜੇ ਅੱਛੀ ਕੁਆਲਿਟੀ ਦੇ ਹੈਂਡ ਟਾਵਲਸ ਨੇ ਬਹੁਤ ਸੋਫਟ ਨੇ ਅਤੇ ਬਹੁਤ ਅੱਛੀ ਤਰੀਕੇ ਨਾਲ ਸਪੋਂਜ ਕਰਦੇ ਆ ਬਾਕੀ ਜਿਹੜੀ ਆਈਟਮਸ ਹੁੰਦੇ ਜਿਵੇਂ ਬੈਡਸ਼ੀਟਸ ਜੀ ਬਹੁਤ ਨੋਰਮਲ ਰੇਂਜ ਤੋਂ ਸ਼ੁਰੂ ਹੋ ਜਾਂਦੀ ਆਪਣੇ ਕੋਲ ਬਾਕੀ ਅੱਛੀ ਚੀਜ਼ ਜਿੰਨੀ ਮਰਜ਼ੀ ਲੈ ਲਓ ਫੋਰ ਇਗਜ਼ਾਮਪਲ ਹੁਣ ਜਿਵੇਂ ਤੁਸੀਂ ਆਹ ਦੇਖੋ ਸਾਡੀ ਆਹ ਕੁਸ਼ਨ ਵਾਲੀ ਮਤਲਬ ਸਾਡੀ ਸਪੈਸ਼ਲ ਆਈਟਮ ਹੈ ਜੀ ਇਹੋ ਜਿਹੀਆਂ ਵਿਆਹ ਸ਼ਾਦੀ ਵਿੱਚ ਲੋਕ ਬਹੁਤ ਪਸੰਦ ਕਰਦੇ ਨੇ ਇਹਦੇ ਉੱਤੇ ਐਮਬਰਾਇਡਰੀ ਕੀਤੀ ਹੋਈ ਹੈ ਨਾਲ ਦੋ ਕੁਸ਼ਨ ਹੈਗੇ ਨੇ ਅਤੇ ਪਿਓਰ ਕੋਟਨ ਦੀ ਬੈੱਡਸ਼ੀਟ ਹੋਏਗੀ ਸਟੱਫ ਹੋਏਗਾ 400 TC ਦਾ ਕੋਟਨ ਸਾਈਜ਼ ਸਾਡੇ ਫੁੱਲ ਹੋਣਗੇ ਮਤਲਬ ਤੁਹਾਡਾ ਵੱਡੇ ਤੋਂ ਵੱਡਾ ਪਿੱਲੋ ਹੋਵੇ ਤਾਂ ਵੀ ਬਹੁਤ ਅੱਛੀ ਆਉਂਦੀ ਹੈ ਮਤਲਬ ਕਈ ਸਾਡੇ ਕੋਲ ਜਿਵੇਂ ਲੇਡੀਜ਼ ਕਸਟਮਰ ਕਹਿੰਦੇ ਸੀ ਸਾਨੂੰ ਪ੍ਰੋਬਲਮ ਆਉਂਦੀ ਹੈ ਪਿੱਲੋ 'ਚ ਨਾ ਪਰ ਇਹ ਸਾਡੇ ਅਸੀਂ ਪਿੱਛੋਂ ਹੀ ਬਹੁਤ ਅੱਛੀ ਕੁਆਲਿਟੀ ਦੇ ਬਣਵਾਉਂਦੇ ਹਾਂ ਵੀ ਸਟੈਂਡਰਡਾਈਜ਼ ਸਾਈਜ਼ ਕਰਕੇ ਬਣਵਾਉਂਦੇ ਹਾਂ ਪਿੱਲੋ ਅਤੇ ਆਹ ਦੋ ਪਿੱਲੋ ਹੋ ਗਏ ਜੀ ਅਤੇ ਆਹ ਬੈੱਡਸ਼ੀਟ ਹੋ ਗਈ ਆਹ ਤੁਹਾਨੂੰ ਇੱਕ ਪੀਸ ਖੋਲ੍ਹ ਕੇ ਦਿਖਾਉਂਦੇ ਹਾਂ ਸਾਡੀ ਇਸ ਚੀਜ਼ ਦਾ ਤੁਹਾਨੂੰ ਅੱਛਾ ਲੱਗੇਗਾ ਇਹ ਹੈਗੀ ਕਿੰਗ ਸਾਈਜ਼ 'ਚ ਜੀ ਮੇਨ ਸਾਡੇ ਕੋਲ ਆਉਣ ਦਾ ਤੁਹਾਨੂੰ ਇਹ ਬੈਨੀਫਿਟ ਹੋਏਗਾ ਜੀ ਅਸੀਂ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਚੀਜ਼ ਦੇਵਾਂਗੇ ਜਿਵੇਂ ਕਈਆਂ ਦੇ ਬੈੱਡ 6 ਫੁੱਟ ਹੈ ਉਹਨਾਂ ਲਈ ਸਾਡੇ ਕੋਲ ਅਲੱਗ ਬੈੱਡਸ਼ੀਟਸ ਹੈ ਜਿਨ੍ਹਾਂ ਦੇ 6.5 ਫੁੱਟ ਬੈੱਡ ਹੈ ਉਹਨਾਂ ਲਈ ਸਾਡੇ ਕੋਲ ਅਲੱਗ ਬੈੱਡਸ਼ੀਟਸ ਹੈ ਜਿਨ੍ਹਾਂ ਦੇ ਕਿੰਗ ਸਾਈਜ਼ ਬੈੱਡਸ਼ੀਟਸ ਹੈ ਉਹਨਾਂ ਲਈ ਸਾਡੇ ਕੋਲ ਅਲੱਗ ਅਲੱਗ ਚੀਜ਼ ਹੈ ਹੁਣ ਤੁਸੀਂ ਆਹ ਚੀਜ਼ ਦੇਖੋ ਆਹ ਫਰੰਟ ਇੱਧਰੋਂ ਹੁਣ ਇਹ ਸਾਡੇ ਆਪਦੇ ਤੁਸੀਂ ਲਾ ਲਓ ਬਹੁਤ ਕਾਫੀ ਵੈਰਾਈਟੀ ਚੋਂ ਸਿਲੈਕਟਡ ਕੀਤੀ ਹੋਈ ਚਾਦਰਾਂ ਹੈ ਇਹ ਨਾਲ ਕੰਟਰਾਸਟਡ ਪਿੱਲੋ ਹੈ ਠੀਕ ਹੈ ਜੀ ਨਾਲ ਇਹਦੇ ਤੋਂ ਆਹ ਪਿੱਲੋ ਕਵਰ ਹੈ ਹੁਣ ਇਹ ਕਿੰਗ ਸਾਈਜ਼ ਬੈੱਡ ਲਈ ਹੈ ਜੀ ਜਿਹਨਾਂ ਦੇ ਤੁਸੀਂ ਲਾ ਲਓ ਗੱਦੇ 10-10 ਇੰਚ ਜਾਂ ਜਿਹਨਾਂ ਦੇ ਫੈਮਿਲੀ ਬੈੱਡਸ ਬਣੇ ਹੋਏ ਆ ਜਿਵੇਂ ਅੱਜ ਕੱਲ੍ਹ ਨਵੀਂ ਕੋਠੀਆਂ ਬਣ ਰਹੀਆਂ ਉਹਨਾਂ ਦੇ ਫੈਮਿਲੀ ਬੈੱਡਸ ਬਣਾਉਂਦੇ ਆ ਲੋਕ ਤਾਂ ਉਹਨਾਂ ਲਈ ਸਪੈਸ਼ਲ ਹੈਗਾ ਇਹਦਾ ਸਾਈਜ਼ 108x108 ਹੁੰਦਾ ਜੇ ਇਸ ਤੋਂ ਵੱਡੇ ਸਾਈਜ਼ ਵੀ ਲੈਣੇ ਮੰਨ ਲਓ ਕਈਆਂ ਦੇ ਬਹੁਤ ਵੱਡੇ ਬੈੱਡ ਹੁੰਦੇ 120x120 ਦੇ ਵੀ ਆਪਣੇ ਕੋਲ ਬੈੱਡਸ਼ੀਟ ਹੁੰਦੀ ਹੈ ਬਾਕੀ ਨੋਰਮਲ ਜਿਹੜੀ ਬੈੱਡਸ਼ੀਟ ਹੈ ਹੁਣ ਅਸੀਂ ਸਾਡੀ ਹੁੰਦੀ ਹੈ ਬਲਕ ਡੀਲਿੰਗ ਹੁੰਦੀ ਹੈ ਜੀ ਮਤਲਬ ਪਿੱਛੋਂ ਫੈਕਟਰੀਜ਼ 'ਚੋਂ ਤਾਂ ਮਤਲਬ ਅਸੀਂ ਜਿਹੜੀ ਪਿਓਰ ਕੋਟਨ ਦੀ ਬੈੱਡਸ਼ੀਟ ਹੈ ਨਾਲ ਦੋ ਪਿੱਲੋ ਕਵਰ ਫੁੱਲ ਸਾਈਜ਼ ਅਸੀਂ ਸਿਰਫ 500 ਰੁਪਏ 'ਚ ਦੇ ਰਹੇ ਹਾਂ ਤੁਹਾਨੂੰ ਹੁਣ ਸਾਡੇ ਕੋਲ ਜਿਹੜੀ ਬੈੱਡਸ਼ੀਟਸ ਹੈ ਉਹ ਤੁਸੀਂ ਲਾ ਲਓ ਵੀ 250-300 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਪਰ ਅੱਛੀ ਕੋਟਨ ਦੀ ਬੈੱਡਸ਼ੀਟ ਆਹ ਦੇਖੋ ਫੁੱਲ ਸਾਈਜ਼ ਹੋਏਗਾ ਅਤੇ ਸਿਰਫ ਅਸੀਂ 500 ਰੁਪਏ 'ਚ ਦੇ ਰਹੇ ਹਾਂ ਕਿਉਂਕਿ ਸਾਡੀ ਮਤਲਬ ਜਿਹੜੀ ਡੀਲਿੰਗ ਹੈ ਉਹ ਬਲਕ ਡੀਲਿੰਗ ਹੈ ਪਿੱਛੋਂ ਹੀ ਇੱਕ ਆ ਵੀ ਚੀਜ਼ ਹੈ ਆਪਣੀ ਆ ਵੀ ਸਾਡੀ ਬਹੁਤ ਵਧੀਆ ਸੇਲ ਹੁੰਦੀ ਹੈ ਮਤਲਬ ਮੈਰਿਜ ਫੰਕਸ਼ਨ ਵਾਲੇ ਲੈ ਕੇ ਜਾਂਦੇ ਆ ਇਹ ਬਹੁਤ ਪਸੰਦ ਕਰਦੇ ਆ ਜੀ ਮਤਲਬ ਆ ਚੀਜ਼ਾਂ ਸਾਡੇ ਕੋਲ ਜਿਵੇਂ ਆਹ ਜਿਹੜਾ ਕਲਰ ਹੈ ਇਹ ਕਲਰ ਵੀ ਬਹੁਤ ਯੂਨੀਕ ਹੈ ਜੀ ਮਤਲਬ ਆਮ ਮਿਲਦਾ ਨਹੀਂਗਾ ਤੁਸੀਂ ਇਹਦੀ ਕੁਆਲਿਟੀ ਇਹ ਸੋਫੇ ਵਾਲਾ ਕੱਪੜਾ ਹੈ ਜੀ ਜਿਹੜਾ ਕੁਸ਼ਨ ਦੇ ਨਾਲੇ ਆਮ ਕੁਸ਼ਨ ਨਾਲ ਵੱਡਾ ਕੁਸ਼ਨ ਹੈ
ਇਹਦੀ ਬੈਡਸ਼ੀਟ ਦੇਖੋ ਤੁਹਾਨੂੰ ਮਤਲਬ ਖੁਦ ਮਜ਼ਾ ਆ ਜਾਏਗਾ ਦੇਖ ਕੇ ਉਹਨੇ ਸਟੱਫ ਬਹੁਤ ਅੱਛਾ ਜੀ ਮਤਲਬ ਸਾਡੇ ਕੋਲ ਸਾਰੀ ਸਿਲੈਕਟਿਡ ਚੀਜ਼ ਜਿਵੇਂ ਅੱਜ ਕੱਲ੍ਹ ਦੇ ਇੰਟੀਰੀਅਰਸ ਨੇ ਹੈ ਨਾ ਕਿਸੇ ਦਾ ਗ੍ਰੇ ਇੰਟੀਰੀਅਰ ਹੈ ਕਿਸੇ ਦਾ ਬਰਾਊਨ ਹੈ ਉਸ ਹਿਸਾਬ ਨਾਲ ਅਸੀਂ ਚੂਜ਼ੀ ਆਈਟਮ ਲੈ ਕੇ ਆਉਂਦੇ ਹਾਂ ਜੀ ਪਿੱਛੋਂ ਵੀ ਜਿਹੜੇ ਸਾਨੂੰ ਸਾਡੇ ਗਾਹਕ ਨੂੰ ਨਾਲ ਦੀ ਨਾਲ ਕਸਟਮਰ ਨੂੰ ਨਾਲ ਦੀ ਨਾਲ ਪਸੰਦ ਆ ਜਾਂਦੀ ਹੈ ਅਤੇ ਮੇਨ ਸਾਡੇ ਕੋਲ ਮਤਲਬ ਰੋਇਲ ਚੀਜ਼ਾਂ ਸੁਪੀਰੀਅਰ ਚੀਜ਼ਾਂ ਹੁੰਦੀਆਂ ਵੀ ਦੂਰੋਂ ਦੂਰੋਂ ਸਾਡੇ ਕੋਲ ਕਸਟਮਰ ਵੀ ਖੁਸ਼ ਹੁੰਦੇ ਆ ਸਾਡੇ ਕੋਲ ਚੀਜ਼ ਲੈ ਕੇ ਵੀ ਹਾਂ ਵੀ ਸਾਡੇ ਵੀ ਜਿਵੇਂ ਮੰਨ ਲਓ ਮੈਰਿਜ ਹੈ ਕਿਸੇ ਦੀ ਜਿਨ੍ਹਾਂ ਨੇ ਤੁਸੀਂ ਲੈ ਲਓ 10,000 ਦਾ ਸਮਾਨ ਲੈਣਾ ਦੋ ਹੀ ਸਾਡੇ ਤੋਂ 50,000 ਤਾਂ ਲੈ ਜਾਂਦੇ ਵੀ ਉਹਨਾਂ ਕੋਲ ਉਹਨਾਂ ਨੂੰ ਇੰਨੀ ਪਸੰਦ ਆਉਂਦੀ ਆ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਵੀ ਕੀ ਛੱਡਾਂ ਅਤੇ ਕੀ ਨਾ ਛੱਡਾਂ ਹੈ ਨਾ ਇਹ ਚੀਜ਼ ਹੁੰਦੀ ਆ ਬਾਕੀ ਆਪਣੇ ਕੋਲ ਜਿਵੇਂ ਪੈਕਿੰਗ ਵਾਲੀ ਬੈਡਸ਼ੀਟਸ ਹੈਗੀ ਨੇ ਜੇ ਕਿਸੇ ਮੰਨ ਲਓ ਗਿਫਟ ਪਰਪਸ ਲਈ ਤੁਸੀਂ ਲੈ ਕੇ ਜਾਣੀ ਹੈ ਸਾਡੇ ਕੋਲ ਬਹੁਤ ਅੱਛੀ ਅੱਛੀ ਕੁਆਲਿਟੀ ਦੀ ਪੈਕਿੰਗ ਵਾਲੀ ਬੈਡਸ਼ੀਟਸ ਨੇ ਇਹ ਵੀ ਸਾਡੇ ਕੋਲ ਤੁਸੀਂ ਕਹਿ ਲਓ 400 ਤੋਂ ਸ਼ੁਰੂ ਹੋ ਜਾਂਦੀ ਹੈ ਸਾਈਜ਼ ਦੇ ਹਿਸਾਬ ਨਾਲ ਕੁਆਲਿਟੀ ਦੇ ਹਿਸਾਬ ਨਾਲ ਵੀ ਅੱਗੇ ਅੱਗੇ ਵੱਧ ਰਹਿੰਦਾ ਪ੍ਰਿੰਟ ਸਾਡੇ ਕੋਲ ਬਹੁਤ ਅੱਛੇ ਹੁੰਦੇ ਨੇ ਜੇ ਕਿਸੇ ਨੇ ਗਿਫਟ ਕਰਨੀ ਹੈ ਕਿਸੇ ਨੂੰ ਹੈ ਨਾ ਅਤੇ ਬਹੁਤ ਅੱਛੀ ਰਹਿੰਦੀ ਹੈ ਇਹ ਚੀਜ਼ਾਂ ਬਾਕੀ ਸਾਡੇ ਕੋਲ ਜਿਵੇਂ ਤੁਸੀਂ ਜਿਨ੍ਹਾਂ ਨੂੰ ਜੈਪੁਰੀ ਸਟੱਫ ਪਸੰਦ ਹੈ ਨਾ ਜੈਪੁਰੀ ਸਟੱਫ 'ਚ ਵੀ ਆਪਣੇ ਕੋਲ ਬਹੁਤ ਚੀਜ਼ਾਂ ਹੁੰਦੀਆਂ ਆ ਜਿਵੇਂ ਜੈਪੁਰੀ ਬੈਡਸ਼ੀਟ ਹੈ ਤੁਹਾਨੂੰ ਇੱਕ ਪੀਸ ਖੋਲ੍ਹ ਕੇ ਦਿਖਾਉਣਾ ਜੀ ਇਹਦਾ ਇਹ ਸਟੱਫ ਹੋਊਗਾ ਜੀ ਪਿਓਰ ਕੋਟਨ ਜੈਪੁਰੀ ਵੀ ਬਹੁਤ ਤਰ੍ਹਾਂ ਦੀ ਆਉਂਦੀ ਹੈ ਜੀ ਪਰ ਸਾਡੀ ਜਿਹੜੀ ਜੈਪੁਰੀ ਬੈਡਸ਼ੀਟ ਹੈ ਇੱਕ ਤਾਂ ਇਹਦੇ ਸਾਈਜ਼ ਬਹੁਤ ਖੁੱਲ੍ਹੇ ਹੁੰਦੇ ਆ ਅਤੇ ਇੱਕ ਇਹਨਾਂ ਦਾ ਸਟੱਫ ਬਹੁਤ ਜ਼ਿਆਦਾ ਅੱਛਾ ਜੀ ਆਹ ਦੇਖੋ ਤੁਸੀਂ ਮਤਲਬ ਰੂਮ ਪੂਰਾ ਖਿਲਿਆ ਖਿਲਿਆ ਲੱਗਦਾ ਹੈਗਾ ਪ੍ਰੋਪਰ ਬਾਉਂਡਰੀਜ਼ ਬਣੀ ਹੋਈ ਹੈ ਪ੍ਰੋਪਰ ਸਾਈਜ਼ ਹੋਣਗੇ ਆਹ ਦੇਖੋ ਸਰਾਣਿਆਂ ਦੇ ਕਵਰ ਵੀ ਬਹੁਤ ਵੱਡੇ ਹੁੰਦੇ ਆ ਦੇਖੋ ਜੀ ਮਤਲਬ ਹੁਣ ਨਾ ਇਹ ਸਾਡੀ ਸਪੈਸ਼ਲਿਟੀ ਹੈ ਜੀ ਇਹ ਬੈਡਸ਼ੀਟਸ ਲਓਗੇ ਤੁਸੀਂ ਇਹ ਖਿਸਕਣਗੀਆਂ ਨਹੀਂ ਸਾਡੇ ਕੋਲ ਕਸਟਮਰ ਆ ਕੇ ਕਹਿੰਦਾ ਕਿ ਸਾਨੂੰ ਨਾ ਬੈਡਸ਼ੀਟ ਵਧੀਆ ਤੋਂ ਵਧੀਆ ਦਿਓ ਜਿਹੜੀ ਖਿਸਕੇ ਨਾ ਅਸੀਂ ਕਹਿੰਦੇ ਜੀ ਸਾਡੀ ਤੁਸੀਂ ਭਾਵੇਂ ਸਸਤੀ ਤੋਂ ਸਸਤੀ ਬੈਡਸ਼ੀਟ ਲੈ ਜਾਓ ਉਹ ਵੀ ਨਹੀਂ ਖਿਸਕੇਗੀ ਕਿਉਂਕਿ ਅਸੀਂ ਰਿਕੁਆਇਰਮੈਂਟ ਹੀ ਸਾਡੇ ਕੋਲ ਅੱਛਾ ਕਸਟਮਰ ਆਉਂਦਾ ਅਸੀਂ ਮਤਲਬ ਸਟਾਰਟਿੰਗ ਤੋਂ ਇਹ ਰੱਖਿਆ ਹੋਇਆ ਵੀ ਅਸੀਂ ਚੀਜ਼ ਵਧੀਆ ਤੋਂ ਵਧੀਆ ਦੇਣੀ ਹੈ ਹੁਣ ਜਿਵੇਂ ਆਹ ਸਾਡੇ ਕੋਲ ਇੱਕ ਹੋਰ ਆਈਟਮ ਆਈ ਹੈ ਜੀ ਹੁਣ ਜਿਵੇਂ ਸਮਰਸ ਦੇ ਹਿਸਾਬ ਨਾਲ ਇੱਕ ਟੋਪ ਸ਼ੀਟ ਹੈ ਜੀ ਪਿਓਰ ਕੋਟਨ 'ਚ ਨਾਲ ਦੋ ਪਿੱਲੋ ਕਵਰਸ ਹੈ ਅਤੇ ਨਾਲ ਹੀ ਸੇਮ ਬੈਡਸ਼ੀਟ ਹੈ ਬਹੁਤ ਘੱਟ ਰੇਟ 'ਚ ਹੁਣ ਇਹ ਵੀ ਪਿਓਰ ਕੋਟਨ 'ਚ ਹੈ ਜੀ ਆਹ ਦੇਖੋ ਇਹ ਟੋਪ ਸ਼ੀਟ ਹੋਏਗੀ ਜੀ ਨਾਲ ਇਹਦੇ ਪੱਟੀ ਲੱਗੀ ਹੋਏਗੀ ਸਾਈਡ 'ਤੇ ਆਹ ਦੇਖੋ ਜੀ ਨਾਲ ਇਹਦੇ ਪੱਟੀ ਲੱਗੀ ਹੋਏਗੀ ਸਾਈਡ 'ਤੇ ਬਹੁਤ ਅੱਛਾ ਸਟੱਫ ਹੋਏਗਾ ਪਿਓਰ ਕੋਟਨ ਦੀ ਬੈਡਸ਼ੀ ਆਹ ਟੋਪ ਸ਼ੀਟ ਹੈ ਨਾਲ ਇਹਦੇ ਨਾਲ ਜਿਹੜਾ ਸੈੱਟ ਹੈ ਕੋਟਨ ਦੀ ਬੈਡਸ਼ੀਟ ਹੈ ਅਤੇ ਨਾਲ 2 ਕਿਲੋ ਕਵਰ ਹੈ ਆਹ ਦੇਖੋ ਪੂਰਾ ਸੈੱਟ ਹੈ ਜੀ ਕਈ ਲੋਕ ਮਤਲਬ ਸੈੱਟ ਪਸੰਦ ਕਰਦੇ ਵੀ ਸਾਡੀ ਸਾਰੀ ਚੀਜ਼ ਤੁਸੀਂ ਲਗਾ ਲਓ ਵੀ ਐਂ ਬਣ ਜੇ ਪੂਰੇ ਸੈੱਟ ਦੀ ਤਰ੍ਹਾਂ ਪੂਰੀ ਫੁੱਲ ਸਾਈਜ਼ ਬੈਡਸ਼ੀਟ ਆ ਗਈ ਜੀ ਨਾਲ ਇਹਦੇ 2 ਪਿੱਲੋ ਕਵਰਸ ਆ ਗਏ ਕੰਟਰਾਸਟਿਡ ਹੁਣ ਇਹ ਬੈੱਡ 'ਤੇ ਪਏ ਹੁਣ ਪੂਰੀ ਅੱਛੀ ਗੈਟਅਪ ਲੱਗਦੀ ਜੀ ਮਤਲਬ ਰੂਮ ਖਿਲਿਆ ਖਿਲਿਆ ਲੱਗਦਾ ਪੂਰਾ ਤੁਸੀਂ ਬੈਡਸ਼ੀਟਸ ਬਾਰੇ ਤਾਂ ਬਹੁਤ ਵਧੀਆ ਦੱਸਿਆ ਬਹੁਤ ਸਾਰੀ ਬੈਡਸ਼ੀਟਸ ਦੇਖ ਲਈਆਂ ਤੁਹਾਡੇ ਕੋਲ ਬਹੁਤ ਸੋਹਣਾ ਚੀਜ਼ ਹੈ ਪਰ ਤੁਹਾਨੂੰ ਤੁਸੀਂ ਇਹ ਦੱਸੋ ਹੁਣ ਜਿਵੇਂ ਆਪਣੇ ਬੱਚੇ ਜ਼ਿਆਦਾਤਰ ਬਾਹਰ ਜਾ ਰਹੇ ਹੈ ਤਾਂ ਉਹਨਾਂ ਵਾਸਤੇ ਤੁਹਾਡੇ ਕੋਲ ਕੀ ਹੈਗਾ ਕੀ ਲੈ ਕੇ ਜਾ ਸਕਦੇ ਨਾਲ ਜੋ ਉਹਨਾਂ ਵਾਸਤੇ ਈਜ਼ੀ ਹੋਵੇ ਉਸ ਵੈਦਰ 'ਚ ਤੁਸੀਂ ਤਾਂ ਜੀ ਬਿਲਕੁਲ ਸਹੀ ਥਾਂ 'ਤੇ ਆਏ ਹੋ ਜੇ ਤੁਸੀਂ ਮਤਲਬ ਬਾਹਰ ਸਮਾਨ ਭੇਜਣਾ ਹੈ ਕਿਸੇ ਸਟੂਡੈਂਟਸ ਨੂੰ ਤੁਸੀਂ ਰੈਫਰ ਕਰਨਾ ਵੀ ਜਿਵੇਂ ਇੱਥੋਂ ਦੇ ਕਲਾਈਮੇਟ ਦੇ ਹਿਸਾਬ ਨਾਲ ਅਤੇ ਉੱਥੋਂ ਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਸਾਡੇ ਕੋਲ ਸਾਰੀ ਚੀਜ਼ਾਂ ਹੁੰਦੀਆਂ ਬੱਚੇ ਇੱਕ ਜਿਹੜੀ ਆਪਣੀ ਸਪੈਸ਼ਲ ਬੈਡਸ਼ੀਟ ਆਪਾਂ NRI ਕਸਟਮਰ ਲਈ ਲੈ ਕੇ ਆਉਂਦੇ ਹਾਂ ਦਿਖਾਈਓ ਉਹਨਾਂ ਨੂੰ ਆਹ ਜਿਹੜੀ ਇੱਧਰ ਪਈ ਆਪਣੀਆਂ ਕਿੰਗ ਸਾਈਜ਼ ਕਿੰਗ ਉੱਥੇ ਤਾਂ ਜਿਹੜੇ ਗੱਦੇ ਆ ਗੱਦੇ ਹੁੰਦੇ ਮੋਟੇ ਅਤੇ ਉਹਨਾਂ ਦੇ ਬੈੱਡ ਵੀ ਚੌੜੇ ਹੁੰਦੇ ਆ ਸਾਡੇ ਕੋਲ ਅਸੀਂ ਸਪੈਸ਼ਲ ਹੁੰਦੀ ਹੈ ਸਾਡੇ ਕੋਲ ਚੀਜ਼ਾਂ ਵੀ ਜਿਹੜੀ ਉਹਨਾਂ ਦੇ ਰਿਕੁਆਇਰਮੈਂਟਸ ਦੇ ਹਿਸਾਬ ਨਾਲ ਆਉਣ ਉਹਨਾਂ ਦੇ ਅੰਦਰ ਹੀਟਰ ਲੱਗੇ ਹੁੰਦੇ ਸਾਨੂੰ ਪਤਾ ਹੈ ਜੀ ਸਾਡੇ ਕੋਲ ਜਿਹੜੇ ਸਟੂਡੈਂਟਸ ਗਏ ਹੋਏ ਸਾਨੂੰ ਦੱਸਦੇ ਵੀ ਤੁਸੀਂ ਬਹੁਤ ਵਧੀਆ ਚੀਜ਼ਾਂ ਦਿੱਤੀਆਂ ਹੁਣ ਜਿਹੜੀ ਆਹ ਬੈੱਡਸ਼ੀਟ ਹੈ ਜੀ ਹੁਣ ਇਹਦਾ ਕੀ ਬੈਨੀਫਿਟ ਹੈ ਜੀ ਇਹ ਇੱਕ ਤਾਂ ਲਾਈਟ ਵੇਟ ਹੈ ਜੀ ਹੁਣ ਜਿਵੇਂ ਇੱਥੇ ਜ਼ਿਆਦਾ ਕਸਟਮਰ ਨੂੰ ਪ੍ਰੋਬਲਮ ਇਹ ਆਉਂਦੀ ਹੈ ਵੀ ਉਹ ਕਹਿੰਦੇ ਵੀ ਸਾਡਾ ਨਾ ਵੇਟ ਨਾ ਜ਼ਿਆਦਾ ਹੋਵੇ ਇਹ ਲਾਈਟ ਵੇਟ ਹੈ ਬੈੱਡਸ਼ੀਟ ਅਤੇ ਇਹ ਉਹ ਬੈੱਡ ਐਂਟੀ ਸਕਿੱਡ ਹੈ ਜੀ ਵੀ ਇਹ ਖਿਸਕਦੀ ਨਹੀਂ ਹੁਣ ਉੱਥੇ ਨਾ ਤਾਂ ਬੱਚਾ ਕੋਲ ਟਾਈਮ ਹੁੰਦਾ ਜੀ ਬਾਰ ਬਾਰ ਚਾਦਰਾਂ ਵਿਛਾਉਣ ਦਾ ਇਹ ਤੁਸੀਂ ਇੱਕ ਵਾਰੀ ਵਿਛਾ ਲਓ ਭਾਵੇਂ ਇਸ 'ਤੇ ਬੱਚੇ ਉੱਪਰ ਜੰਪਿੰਗ ਕਰੀ ਜਾਣ ਤਾਂ ਵੀ ਹਿੱਲੇਗੇ ਨਹੀਂ ਬੈੱਡਸ਼ੀਟ ਇਹ ਫੁੱਲ ਇੰਨੀ ਸੋਫਟ ਬੈੱਡਸ਼ੀਟ ਹੈ ਜੀ ਇਹ ਤੁਸੀਂ ਖੁਦ ਟੱਚ ਕਰਕੇ ਦੇਖੋ ਜੀ ਤੁਹਾਨੂੰ ਖੁਦ ਨੂੰ ਫੀਲ ਹੋਏਗਾ ਅਤੇ ਫੁੱਲ ਕਿੰਗ ਸਾਈਜ਼ ਹੋਏਗੀ ਜੀ ਅਤੇ ਲਾਈਟ ਵੇਟ ਹੋਏਗੀ
ਇਹ ਅਸੀਂ ਮਤਲਬ ਪ੍ਰੈਫਰ ਕਰਦੇ ਵੀ ਸਾਡੇ ਕੋਲ ਜਿਹੜਾ ਐਨ ਆਰ ਆਈ ਕਸਟਮਰ ਆਉਂਦਾ ਉਹ ਲੈ ਕੇ ਜਾਂਦਾ ਹੈ। ਇੱਕ ਬੈੱਡਸ਼ੀਟ ਜਿਵੇਂ ਪਲੇਨ 'ਚ ਜਿਵੇਂ ਕਈਆਂ ਦੀ ਚੋਇਸ ਹੁੰਦੀ ਹੈ ਪਲੇਨ ਬੈੱਡਸ਼ੀਟਸ ਦੀ, ਇਹ ਵੀ ਇਸੇ ਕੁਆਲਿਟੀ ਦੀ ਆ। ਦੇਖੋ ਸਾਰੀ ਵੈਲਵੇਟ ਦੀ ਹੈ ਜੀ। ਸਾਡੇ ਕੋਲ ਕਈ ਵਾਰੀ ਕਸਟਮਰ ਆ ਕੇ ਕਹਿੰਦੇ ਵੀ ਤੁਹਾਡੇ ਕੋਲ ਸਰਦੀ ਦਾ, ਗਰਮੀ ਦੇ ਟਾਈਮ 'ਚ ਸਰਦੀ ਦਾ ਸਮਾਨ ਮਿਲ ਜੂਗਾ। ਅਸੀਂ ਕਹਿੰਦੇ ਜੀ ਸਾਡੇ ਕੋਲ ਤਾਂ 12 ਮਹੀਨੇ 30 ਦਿਨ ਵੀ ਫੁੱਲ ਸਟੋਕ ਰਹਿੰਦਾ, ਕਿਉਂਕਿ ਸਾਡੇ ਕੋਲ ਸਟੂਡੈਂਟਸ ਲੈ ਕੇ ਜਾਂਦੇ ਆ ਬਾਹਰ, ਜਿਹੜੇ ਉੱਥੇ ਐਨ ਆਰ ਆਈ ਮਤਲਬ ਉੱਥੇ ਹੁੰਦੇ ਉਹ ਸਾਡੇ ਕੋਲ ਮੰਗਵਾਉਂਦੇ ਵੀ ਹੈ ਬਾਹਰ, ਵੀ ਸਾਡੀ ਚੀਜ਼ਾਂ ਬਹੁਤ ਪਸੰਦ ਕਰਦੇ ਨੇ ਉਹ। ਤਾਂ ਅਸੀਂ ਸਾਡੇ ਕੋਲ ਸਰਦੀ ਦਾ, ਗਰਮੀ ਦਾ 12 ਮਹੀਨੇ 30 ਦਿਨ ਸਟੋਕ ਫੁੱਲ ਹੀ ਰਹੇਗਾ ਜੀ, ਕੋਈ ਪ੍ਰੋਬਲਮ ਨਹੀਂ ਆਉਣੀ। ਬਾਕੀ ਫਿਟਡ ਚਾਹੀਦੀਆਂ ਹੁਣ ਫਿਟਡ ਵੀ ਮਿਲ ਜਾਂਦੀਆਂ ਜੀ, ਬਚਾਓਗੇ ਨਾ ਇਹ ਪੂਰੀ ਕਵਰ ਕਰ ਲੇਗੀ। ਤੇ ਸਾਡੇ ਕੋਲ ਇਹ ਨਾਰਮਲ ਸਾਈਜ਼ ਚ ਵੀ ਹੁੰਦੀ ਹੈ ਤੇ ਕਿੰਗ ਸਾਈਜ਼ ਚ ਵੀ ਹੁੰਦੀ ਹੈ। ਨਾਰਮਲ ਬੱਚਿਆਂ ਨੂੰ ਬਿਛਾਣ ਦੀ ਦਿੱਕਤ ਆਉਂਦੀ ਹੈ ਤੇ ਉਹ ਕਹਿੰਦੇ ਕਿ ਵੀ ਇੱਕ ਵਾਰੀ ਵਿਛਾ ਦੀਏ ਤਾਂ ਹਿੱਲੇ ਨਾ, ਬਸ ਉਹ ਇਲਾਸਟਿਕ ਉਹਨਾਂ ਦਾ ਸਮਾਧਾਨ ਹੈ ਵੀ ਇਲਾਸਟਿਕ ਲਗਵਾ ਵੀ ਦਿੰਦੇ ਹਾਂ ਕੋਈ ਵੀ ਬੈੱਡਸ਼ੀਟ 'ਤੇ ਹੈ, ਅਤੇ ਜੇ ਲੱਗੀ ਲਗਾਈ ਲੈਣੀ ਹੈ ਤਾਂ ਉਹ ਵੀ ਮਿਲ ਜਾਂਦੀ ਹੈ। ਜਿਸ ਮਰਜ਼ੀ ਚੱਦਰ 'ਤੇ ਤੁਹਾਡੇ ਕੋਲ ਆਪਣੀ ਚੱਦਰ ਹੈ ਉਸ 'ਤੇ ਵੀ ਅਸੀਂ ਇਲਾਸਟਿਕ ਲਗਵਾ ਦਿੰਦੇ ਹਾਂ, ਵੀ ਉਹਦੇ ਨਾਲ ਕੀ ਹੈ ਗੱਦਿਆਂ ਦੇ ਵਿੱਚ ਮੈਟਰੈਸ ਦੇ ਵਿੱਚ ਗ੍ਰਿਪ ਬਣ ਜਾਂਦੀ ਹੈ ਚੱਦਰ ਦੀ। ਅਤੇ ਜਿਹੜਾ ਸਮਾਨ ਸਾਡੇ ਤੋਂ ਮੰਨ ਲਓ ਤੁਸੀਂ ਲੈ ਗਏ ਵੀ ਹਾਂ ਅਸੀਂ ਟਾਵਲਸ ਮਿਲ ਜਾਣਗੇ ਸਾਡੇ ਕੋਲ ਹੈ ਨਾ ਬਾਹਰ ਲੈ ਕੇ ਜਾਣ ਲਈ, ਇੱਕ ਸਾਡੇ ਕੋਲ ਵੈਕਿਊਮਡ ਪਿੱਲੋ ਆਉਂਦੇ ਹੈ, ਜਿੰਨਾ ਵੀ ਸਮਾਨ ਤੁਸੀਂ ਵੀ ਏ ਟੂ ਜ਼ੈਡ ਹੈਂਡਲੂਮ ਦਾ ਕੁਛ ਵੀ ਹੈ ਬਾਹਰ ਲੈ ਕੇ ਜਾਣ ਲਈ ਸਾਡੇ ਕੋਲ ਸਾਰਾ ਮਿਲ ਜਾਂਦਾ। ਇੱਕ ਬੱਚੇ ਟਾਵਲ ਦਿਖਾਓ ਆ ਵਾਲੇ ਜਿਹੜੇ ਆਪਾਂ ਦਿੰਦੇ ਹਾਂ ਸਪੈਸ਼ਲ ਲਾਈਟ ਵੇਟ ਤੇ ਸੌਫਟ। ਆ ਦੇਖੋ ਜੀ ਹੁਣ ਆਹ ਜਿਹੜਾ ਟਾਵਲ ਹੈ ਜੀ, ਇਹ ਇੰਨਾ ਕੁ ਵਧੀਆ ਟਾਵਲ ਹੈ, ਜਿਹੜਾ ਇਹ ਟਾਵਲ ਨੂੰ ਯੂਜ਼ ਕਰ ਲਏ ਉਹ ਮਤਲਬ ਮੁੜ ਕੇ ਹੋਰ ਕੋਈ ਟਾਵਲ ਨਹੀਂ ਯੂਜ਼ ਕਰਦਾ, ਫੁੱਲ ਸਾਈਜ਼ ਹੁੰਦਾ ਜੀ। ਆ ਦੇਖੋ ਫੁੱਲ ਸਾਈਜ਼ ਹੁੰਦਾ, ਅਤੇ ਇੱਕ ਮੇਲ ਟਾਵਲ ਹੁੰਦਾ, ਇੱਕ ਫੀਮੇਲ ਟਾਵਲ ਹੁੰਦਾ ਜੀ, ਨਾਲ ਦੋ ਹੈਂਡ ਟਾਵਲ ਹੁੰਦੇ। ਕਈਆਂ ਨੇ ਸੈੱਟ ਲੈਣਾ, ਸੈੱਟ ਵੀ ਮਿਲ ਜਾਂਦਾ, ਇੱਕ ਸਿੰਗਲ ਪੀਸ ਦਿਖਾਓ, ਸਿੰਗਲ ਪੀਸ ਵੀ ਹੁੰਦੇ ਜੀ। ਹਾਂ ਆ ਦੇਖੋ, ਆ ਦੇਖੋ ਆਹ ਸਿੰਗਲ ਪੀਸ ਵੀ ਮਿਲ ਜਾਏਗਾ ਤੁਸੀਂ ਸਿੰਗਲ ਪੀਸ। ਜੇ ਇਸ ਨਾਲ ਦੇ ਹੈਂਡ ਟਾਵਲ ਲੈਣਾ ਹੈਂਡ ਟਾਵਲ ਵੀ ਮਿਲ ਜਾਣਗੇ ਜੀ। ਬਾਕੀ ਆਪਣੇ ਕੋਲ ਜਿਵੇਂ ਵੈਕਿਊਮਡ ਪਿੱਲੋ, ਵੀ ਪਿੱਲੋ ਵੀ ਤੁਹਾਡੀ ਰਿਕੁਆਇਰਮੈਂਟ ਕੀ, ਜੇ ਤੁਸੀਂ ਮੋਟਾ ਪਸੰਦ ਕਰਦੇ ਹੋ ਪਿੱਲੋ ਮੋਟਾ ਮਿਲ ਜਾਏਗਾ, ਜੇ ਪਤਲਾ ਪਸੰਦ ਕਰਦੇ ਹੋ ਪਤਲਾ ਮਿਲ ਜਾਏਗਾ। ਅਸੀਂ ਫਿਰ ਜਦੋਂ ਤੁਸੀਂ ਤੁਹਾਡੇ ਕੋਲ ਸਾਰੀ ਸ਼ੋਪਿੰਗ ਹੋ ਜਾਂਦੀ ਹੈ ਸਾਡੇ ਕੋਲ ਹੈਂਡਲੂਮ ਦੀ, ਫਿਰ ਅਸੀਂ ਉਹਨਾਂ ਨੂੰ ਵੈਕਿਊਮ ਵੀ ਕਰਵਾ ਦਿੰਦੇ ਹਾਂ, ਵੀ ਸਾਰੀ ਆਈਟਮਸ ਅੰਡਰ ਵਨ ਰੂਫ ਹੋ ਜਾਂਦੀ। ਆਹ ਦੇਖੋ ਤੁਸੀਂ ਇੱਥੇ ਨਿਗਾਹ ਮਾਰੋ ਆਪਣੇ ਕੋਲ, ਆਹ ਦੇਖੋ ਬੈੱਡ ਸ਼ੀਟਸ, ਪਿੱਲੋ, ਦੋਹਰਸ ਐਂਡ ਟੋਪ ਸ਼ੀਟਸ, ਕੰਫਰਟਰ, ਸੋਫਾ ਬੈਗਸ, ਕੁਸ਼ਨ ਕਵਰਸ, ਡਾਇਨਿੰਗ ਟੇਬਲ ਸ਼ੀਟਸ, ਸੈਂਟਰ ਟਾਵਲਸ, ਹੈਂਡ ਟਾਵਲਸ, ਇਹ ਸਾਰੀ ਚੀਜ਼ਾਂ ਹੋ ਜਾਂਦੀ ਆਪਣੇ ਕੋਲ। ਇਹ ਹੋ ਗਿਆ ਜੀ ਐਨ ਆਰ ਆਈ ਕਸਟਮਰ ਲਈ, ਜਿਹੜੇ ਬੱਚੇ ਨੇ ਬਾਹਰ ਜਾਣਾ। ਬਾਕੀ ਜਿਹੜੇ ਬੱਚੇ ਬਾਹਰ ਲੈ ਕੇ ਜਾਂਦੇ ਆ ਨਾ, ਸਾਨੂੰ ਬੈਕ ਉਹਨਾਂ ਦਾ ਜ਼ਰੂਰ ਆਉਂਦਾ ਵੀ ਸਾਡੇ ਕੋਲ ਚੀਜ਼ ਤੁਹਾਡੀ ਪਰਫੈਕਟ ਹੈ, ਵੀ ਜਿਹੜੇ ਸਾਡੇ ਰੂਮਮੇਟ ਹੈ ਵੀ ਉਹਨਾਂ ਦੀ ਚੀਜ਼ ਨਹੀਂ ਵਧੀਆ ਸੀ, ਤੁਹਾਡੀ ਮੈਮ ਬਹੁਤ ਜ਼ਿਆਦਾ ਵਧੀਆ ਨਿਕਲੀ ਹੈ, ਅਤੇ ਸਾਡੇ ਨਾਲ ਉਹ ਅਟੈਚਡ ਹੈ ਵੀ ਆਏ ਨਹੀਂ ਹੈ ਵੀ ਲਿਜਾ ਕੇ ਇੱਕ ਵਾਰੀ ਲੈ ਗਏ ਤਾਂ ਦੁਬਾਰੇ ਨਹੀਂ ਲੈਣਗੇ, ਉੱਥੋਂ ਸਪੈਸ਼ਲੀ ਮੰਗਵਾਉਂਦੇ ਆ ਸਾਡੇ ਤੋਂ। ਮਤਲਬ ਮੇਰੇ ਮੰਮਾ ਨੂੰ ਸ਼ਿਖਾ ਆਂਟੀ ਕਹਿੰਦੇ, ਅਤੇ ਉਹ ਫਿਰ ਵੀਡੀਓ ਕਾਲ ਕਰਕੇ ਦਿਖਾਉਂਦੇ ਆ, ਦੇਖੋ ਸ਼ਿਖਾ ਆਂਟੀ ਅਸੀਂ ਵੀ ਤੁਹਾਡੀ ਵੀ ਬੈੱਡਸ਼ੀਟ ਵਿਛਾਈ ਹੋਈ ਹੈ ਅਤੇ ਕੰਬਲ ਲਿੱਤਾ ਹੋਇਆ, ਵੀ ਸਾਡੇ ਵੀ ਬਹੁਤ ਕੰਮ ਆ ਰਹੀ ਹੈ, ਤਾਂ ਕਰਕੇ ਸਾਨੂੰ ਵੀ ਖੁਸ਼ੀ ਹੁੰਦੀ ਹੈ। ਬਾਕੀ ਅਸੀਂ ਜਿਸ ਤਰ੍ਹਾਂ ਦੀ ਚੀਜ਼ ਹੁੰਦੀ ਨਾ ਉਸ ਤਰ੍ਹਾਂ ਦਾ ਹੀ ਦੱਸਦੇ ਹਾਂ, ਮਤਲਬ ਉਹਨੂੰ ਵਧਾ ਚੜਾ ਕੇ ਨਹੀਂ ਦੱਸਦੇ ਕਿ ਵੀ ਹਾਂ ਸਾਡੀ ਚੀਜ਼ ਬਹੁਤ ਜ਼ਿਆਦਾ ਵਧੀਆ, ਦੂਜੇ ਦੀ ਮਾੜੀ ਹੈ, ਮਤਲਬ ਜਿਸ ਤਰ੍ਹਾਂ ਦੀ ਉਸਦੀ ਸਪੈਸ਼ਲਿਟੀ ਹੈਗੀ ਉਹ ਵੀ ਦੱਸਦੇ ਹਾਂ। ਮਤਲਬ ਕਿਸੇ ਵੀ ਗਾਹਕ ਨੂੰ ਜਾਣ ਕੇ ਇਹ ਨਹੀਂ ਕਹਿੰਦੇ ਵੀ ਘਟੀਆ ਚੀਜ਼ ਨੂੰ ਵਧੀਆ ਕਹਿ ਕੇ ਦੇਵਾਂਗੇ, ਜਾਂ ਸਾਡੇ ਤੋਂ ਕੋਈ ਬਾਹਰੋਂ ਮੰਗਵਾਉਂਦਾ ਤਾਂ ਉਹਨੂੰ ਵਧੀਆ ਕਹਿ ਕੇ ਦੇਵਾਂਗੇ, ਆਏ ਨਹੀਂ ਦਿੰਦੇ ਅਸੀਂ। ਰੈਡੀ ਮੇਰੇ, ਆਹ ਚੀਜ਼ਾਂ ਬਹੁਤ ਸੋਹਣੀਆਂ ਦਿਖਾਈਆਂ ਤੁਸੀਂ। ਹੁਣ ਤੁਸੀਂ ਐਂ ਦੱਸੋ ਆਪਣੇ ਵਿਆਹ ਸ਼ਾਦੀ ਆਉਣ ਵਾਸਤੇ ਕੀ ਹੈਗਾ ਤੁਹਾਡੇ ਕੋਲ, ਕੀ ਸਮਾਨ ਰੱਖਦੇ ਹੋ ਵਾਸਤੇ? ਬਈਆ ਸਾਡੇ ਕੋਲ ਵਿਆਹ ਸ਼ਾਦੀ ਲਈ ਤੁਸੀਂ ਇੱਕ ਵਾਰੀ ਆ ਜਾਓ, ਤੁਹਾਨੂੰ ਟਾਵਲ ਤੋਂ ਲੈ ਕੇ ਵੀ ਪਰਦਿਆਂ ਤੱਕ, ਬੈੱਡਸ਼ੀਟ ਤੱਕ, ਸੈੱਟਸ ਤੱਕ ਸਾਰਾ ਕੁਛ ਮਿਲ ਜੂਗਾ। ਹੁਣ ਜਿਵੇਂ ਮੈਂ ਤੁਹਾਨੂੰ ਇੱਕ ਆਈਟਮ ਦਿਖਾਉਣਾ, ਬੱਚਾ ਜਿਹੜੀ ਆਪਣੀ ਰਜਾਈ ਸੈੱਟ ਹੈ ਪਹਿਲਾਂ ਲੈ ਕੇ ਆਓ, ਕਿਉਂਕਿ ਵਿਆਹ ਨਾਲ ਲੋਕਾਂ ਦੇ ਅਰਮਾਨ ਜੁੜੇ ਹੁੰਦੇ ਜੀ, ਉਹਨਾਂ ਨੂੰ ਐਂ ਹੁੰਦੇ ਵੀ ਸਾਡੇ ਵੀ ਵਧੀਆ ਤੋਂ ਵਧੀਆ ਚੀਜ਼ ਹੈ ਨਾ, ਵੀ ਆਪਣੇ ਬੱਚੇ ਨੂੰ ਵਧੀਆ ਤੋਂ ਵਧੀਆ ਚੀਜ਼ ਦੇਈਏ। ਹੁਣ ਜੇ ਆਹ ਸਾਡਾ ਮਤਲਬ ਅਸੀਂ ਆਹ ਦੇਖੋ, ਇਹ ਚੀਜ਼ ਇੱਕ ਮਹਿਰੂਨ ਕਲਰ ਬਹੁਤ ਪਸੰਦ ਕਰਦੇ ਤੁਸੀਂ, ਆਹ ਦੇਖੋ ਤੁਸੀਂ ਹੱਥ ਲਗਾ ਕੇ ਫੀਲ ਐਂਡ ਟੱਚ ਕਰਕੇ ਦੇਖੋ, ਸਾਡਾ ਸਟੱਫ ਵੀ ਵਧੀਆ ਹੋਊਗਾ ਜੀ, ਚੀਜ਼ ਵੀ ਸੁਪੀਰੀਅਰ ਹੋਊਗੀ, ਸਾਈਜ਼ ਵੀ ਖੁੱਲੇ ਡੁੱਲੇ ਹੋਣਗੇ। ਰਜਾਈਆਂ ਇੰਨੀਆਂ ਵੱਡੀਆਂ ਕੋਈ ਨਹੀਂ ਰੱਖਦਾ ਜਿੰਨੀਆਂ ਸਾਡੀਆਂ, ਮਤਲਬ ਰਜਾਈ ਦਾ ਸਾਈਜ਼ ਵੱਡਾ ਹੁੰਦਾ। ਇਹ ਜੀ ਆ ਗਈ ਰਜਾਈ, ਫਿਰ ਇਹਦੇ ਨਾਲ ਮੈਚਿੰਗ ਆ ਗਿਆ ਬੈੱਡ ਸ਼ੀਟ। ਆਹ ਦੇਖੋ ਤੁਸੀਂ ਬੈੱਡ ਸ਼ੀਟ ਦਾ ਸਾਈਜ਼ ਦੇਖੋ, ਆਪਾਂ ਕਢੋ ਗਈ ਹੈ ਤੁਸੀਂ, ਆਹ ਦੇਖੋ
ਆ ਗਈ ਜੀ ਚਾਦਰ ਤੇ ਨਾਲ ਇਹਦੇ ਨਾਲ ਆ ਗਏ ਦੋ ਕੁਸ਼ਨ ਆ ਗਏ ਜੀ ਹਲੇ ਵੀ ਸਮਾਨ ਖਤਮ ਨਹੀਂ ਹੋਇਆ ਇਹਦੇ ਨਾਲ ਆ ਗਏ ਦੋ ਪਿੱਲੋ ਕਵਰਸ ਆ ਦੇਖੋ ਫੁੱਲ ਸਾਈਜ਼ ਦੇ ਇਹ ਪੂਰਾ ਸੈੱਟ ਹੈ ਜੀ ਇਹਦਾ ਤੁਹਾਨੂੰ ਹਜੇ ਜੀ ਇੱਕ ਆਈਟਮ ਦਿਖਾਈ ਹੈ ਸਾਡੇ ਕੋਲ ਇਸ ਨਾਲ ਦੀ ਬਹੁਤ ਆਈਟਮ ਹੈ ਰਜਾਈ ਸੈੱਟ 'ਚ ਡਿਫਰੈਂਟ ਕਲਰ ਤੁਹਾਡੀ ਚੋਇਸ ਦੇ ਹਿਸਾਬ ਨਾਲ ਸਾਡੇ ਕੋਲ ਸਾਰੀ ਚੀਜ਼ਾਂ ਹੁਣ ਇਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਵੀ ਬੈੱਡ ਸ਼ੀਟ ਕਿੰਗ ਸਾਈਜ਼ ਬੈੱਡ ਸ਼ੀਟ ਦਿਖਾਓ ਹਾਂ ਹੁਣ ਜਿਵੇਂ ਕਲਰ ਦੇ ਚੋਇਸ ਦੇ ਹਿਸਾਬ ਨਾਲ ਹੁਣ ਜਿਵੇਂ ਆਹ ਡਾਰਕ ਕਲਰ ਜ਼ਿਆਦਾ ਪਸੰਦ ਕਰਦੇ ਜੀ ਹੁਣ ਇਸ 'ਤੇ ਹੈਗੀ ਐਮਬਰਾਇਡਰੀ ਆ ਤੁਹਾਨੂੰ ਦਿਖਾਉਂਦਾ ਇੱਕ ਪੀਸ ਖੋਲ੍ਹ ਕੇ ਟੱਚ ਕਰਕੇ ਦੇਖੋ ਤੁਹਾਨੂੰ ਇਹਦਾ ਕੱਪੜਾ ਕਿਵੇਂ ਲੱਗ ਰਿਹਾ ਪਿਓਰ ਕਾਟਨ ਹੈ ਜੀ 400 ਪੀਸੀ ਦੀ ਕਾਟਨ ਹੈ ਇਹ ਮਤਲਬ ਬਹੁਤ ਅੱਛਾ ਸਟੱਫ ਕੋਈ ਕਲਰ ਨਹੀਂ ਖਰਾਬ ਹੋਊਗਾ ਲੋਕੀ ਕਹਿੰਦੇ ਵੀ ਸਾਡੇ ਭੱਦੇ ਹੋ ਗਏ ਰੰਗ ਯੇ ਹੋ ਗਏ ਪਰ ਵੀ ਕਹਿੰਦਾ ਮਤਲਬ ਇਹ ਸਟੱਫ ਸਾਡੇ ਵਧੀਆ ਹੁੰਦੇ ਆ ਜਿਹੜੀ ਵੀ ਕੋਈ ਅੱਛੀ ਚਾਦਰਾਂ ਹੈਗੀਆਂ ਉਹ ਤੇ ਅਸੀਂ ਸਟੱਫ ਬਹੁਤ ਅੱਛਾ ਲਗਵਾਉਂਦੇ ਹਾਂ ਨੋਰਮਲ ਵਾਸਤੇ ਨੋਰਮਲ ਹੁੰਦਾ ਰੇਟ ਪਰ ਇਹ ਚੀਜ਼ਾਂ ਬਹੁਤ ਵਧੀਆ ਕਹਿੰਦਾ ਮਤਲਬ ਤੁਹਾਨੂੰ ਵਿਛਾ ਕੇ ਜੇ ਤੁਸੀਂ ਆਪਦੇ ਦਾਜ 'ਚ ਮਤਲਬ ਕੋਈ ਵੀ ਲੈ ਕੇ ਜਾਂਦਾ ਤਾਂ ਉਹਨਾਂ ਦੇ ਸਹੁਰੇ ਬਹੁਤ ਤਾਰੀਫ ਕਰਨਗੇ ਉਹ ਵੀ ਆਣਗੇ ਸਾਡੇ ਕੋਲ ਇੰਨੀ ਗਰੰਟੀ ਹੈਗੀ ਹੈ ਇਹ ਤਾਂ ਵੀ ਹੋ ਗਿਆ ਜਿਹੜਾ ਡਾਰਕ ਰੰਗ ਹੁਣ ਕਈ ਲੋਕ ਕਰਦੇ ਲਾਈਟ ਰੰਗ ਦੀ ਚਾਦਰ ਪਸੰਦ ਹੁਣ ਆਹ ਦੇਖੋ ਸਾਡੇ ਕੋਲ ਆਹ ਚੀਜ਼ ਹੈਗੀ ਹੈ ਵੀ ਸਪੈਸ਼ਲ ਚੀਜ਼ ਸਾਡੀ ਸਟੱਫ ਬਹੁਤ ਵਧੀਆ ਨਾਲ ਸੋਬਰ ਨਾਲ ਰੋਇਲ ਅਤੇ ਤੁਸੀਂ ਬੈੱਡਸ਼ੀਟ ਦੀ ਡੈਕੋਰੇਸ਼ਨ ਦੇਖੋ ਜੀ ਬਹੁਤ ਅੱਛਾ ਐਮਬਰਾਇਡਰੀ ਕਰਵਾਈ ਵੀ ਹੈ ਜੀ ਬਹੁਤ ਅੱਛਾ ਸਟੱਫ ਹੈ ਨੀਚੇ ਵਾਲਾ ਵੀ ਕੋਈ ਖਰਾਬ ਨਹੀਂ ਹੁੰਦਾ ਇਹਦੇ ਨਾਲ ਦੋ ਕੁਸ਼ਨ ਹੈ ਜੀ ਅਟਰੈਕਟਿਵ ਆ ਦੇਖੋ ਨਾਲ ਦੋ ਪਿੱਲੋ ਕਵਰ ਵੀ ਹੁਣ ਬਹੁਤ ਅੱਛੇ ਲੱਗਦੇ ਜੀ ਆਪਾਂ ਵਧੀਆ ਓਕੇਜ਼ਨ ਤੇ ਵਿਛਾਣੇ ਆ ਹੁਣ ਸਾਡੀ ਤੀਜੀ ਆਈਟਮ ਦੇਖੋ ਜੀ ਇਹ ਹੁਣ ਜਿਵੇਂ ਕਈ ਲੋਕ ਕਰਦੇ ਮੋਟੀ ਚਾਦਰਾਂ ਪਸੰਦ ਹੈ ਨਾ ਕੋਟ ਪਰ ਹੋਵੇ ਕਾਟਨ 'ਚ ਇਹ ਵੀ ਸਾਡੀ ਇੱਕ ਬਹੁਤ ਸਪੈਸ਼ਲ ਚੀਜ਼ ਹੈ ਜੀ ਆ ਦੇਖੋ ਕੁਇਲਟਡ ਹੈ ਨਾਲੇ ਤੇ ਰਿਵਰਸੀਬਲ ਹੈ ਜੀ ਟੱਚ ਕਰਕੇ ਦੇਖੋ ਭਈਆ ਕਿੰਨਾ ਮਤਲਬ ਸਟੱਫ ਦੇਖੋ ਕਿਵੇਂ ਲੱਗ ਰਿਹਾ ਤੁਹਾਨੂੰ ਆਪ ਨੂੰ ਆ ਦੇਖੋ ਇਹਨੂੰ ਇਧਰੋਂ ਵੀ ਵਿਛਾਣੀ ਹੋਈ ਕਿਸੇ ਟਾਈਮ ਤੇ ਇਧਰੋਂ ਵੀ ਵਿਛਾ ਸਕਦੇ ਨਾਲ ਦੋ ਪਿੱਲੋ ਕਲਰ ਵੀ ਸਾਡੇ ਕੋਲ ਆਈਟਮਸ ਇੰਨੀ ਹੈ ਜੀ ਵੀ ਤੁਸੀਂ ਦੇਖਦੇ ਦੇਖਦੇ ਥੱਕ ਜਾਓਗੇ ਪਰ ਅਸੀਂ ਦਿਖਾਉਂਦੇ ਦਿਖਾਉਂਦੇ ਨਹੀਂ ਥੱਕਦੇ ਹੁਣ ਆਹ ਸਾਡਾ ਸਪੈਸ਼ਲ ਬੈੱਡ ਕਵਰ ਹੈ ਜੀ ਇਸ 'ਚ ਸਾਡੇ ਕੋਲ ਪ੍ਰਿੰਟਸ ਕਲਰਸ ਕਾਫੀ ਨੇ ਤੇ ਕਿੰਗ ਸਾਈਜ਼ ਹੈ ਜੀ ਨਾਲੇ ਪਿਓਰ ਕਾਟਨ 'ਚ ਆ ਦੇਖੋ ਜੀ ਕਿੰਗ ਸਾਈਜ਼ ਹੋਏਗਾ ਪਿਓਰ ਕਾਟਨ 'ਚ ਹੋਏਗਾ ਕਿਵੇਂ ਲੱਗ ਰਿਹਾ ਭਈਆ ਵਧੀਆ ਬਹੁਤ ਵਧੀਆ ਵੀਰੇ ਹੁਣ ਇਹਦਾ ਰਿਵਰਸੀਬਲ ਵੀ ਦੇਖੋ ਦੋਨੋਂ ਪਾਸੋਂ ਜੇ ਤੁਸੀਂ ਵਾਈਟ ਪਸੰਦ ਕਰਦੇ ਹੋ ਤਾਂ ਵਾਈਟ ਕਲਰ 'ਚ ਵੀ ਵਿਛਾ ਸਕਦੇ ਹੋ ਆ ਦੇਖੋ 15 ਦਿਨ ਇੱਧਰ ਵਿਛਾ ਕੇ 15 ਦਿਨ ਉੱਧਰ ਵਿਛਾ ਕੇ ਜਿਵੇਂ ਮਰਜ਼ੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਸਾਡੇ ਕੋਲ ਜਿਵੇਂ ਤੁਸੀਂ ਸਪੈਸ਼ਲ ਹੀ ਐਂਡ ਸ਼ੀ ਵਾਲੇ ਟਾਵਲ ਵੀ ਲੈਣੇ ਹੋਣ ਠੀਕ ਹੈ ਬਾਥਰੂਮ ਵੀ ਲੈਣੇ ਹੋਣ ਉਹ ਵੀ ਹੁੰਦੇ ਆ ਆਪਣੇ ਕੋਲ ਹਾਂ ਇੱਕ ਆ ਦੇਖੋ ਜੀ ਸਾਡੀ ਆ ਦੇਖੋ ਜੀ ਕੁਇਲਟਡ ਬੈੱਡ ਸ਼ੀਟ ਨਾਲ ਦੋ ਪਿੱਲੋ ਕਵਰਸ ਆ ਦੇਖੋ ਜੀ ਇਹਦੇ ਪਿੱਲੋ ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਤੁਹਾਨੂੰ ਸਿਲਕ 'ਚ ਚਾਹੀਦੀ ਹੈ ਸਿਲਕ 'ਚ ਮਿਲ ਜੂਗੀ ਜੀ ਕੋਈ ਫੈਂਸੀ ਚਾਹੀਦੀ ਹੈ ਕੋਈ ਫ੍ਰਿਲ ਵਾਲੀ ਚਾਹੀਦੀ ਹੈ ਆ ਦੇਖੋ ਜੀ ਸਾਡੀ ਫ੍ਰਿਲ ਵਾਲੀ ਬੈੱਡ ਸ਼ੀਟ ਦੇਖੋ ਮਤਲਬ ਇਹ ਡਿਜੀਟਲ ਪ੍ਰਿੰਟ ਹੈ ਜੀ ਇਹਦਾ ਪਸੰਦ ਬਹੁਤ ਕਰਦੇ ਜੀ ਸਾਡੇ ਕੋਲ ਵੀ ਕਹਿੰਦੇ ਸਾਨੂੰ ਤਾਂ ਚੀਜ਼ ਵਧੀਆ ਤੋਂ ਵਧੀਆ ਦੇ ਦਿਓ ਤੇ ਦੂਰੋਂ ਦੂਰੋਂ ਆਉਂਦੇ ਜੀ ਆਪਣੇ ਕੋਲ ਜਿਵੇਂ ਲੈਣ 'ਚ ਆ ਦੇਖੋ ਦੋ ਪਿੱਲੋ ਕਵਰ ਇਹਦੇ ਫ੍ਰਿਲ ਵਾਲੇ ਹੁਣ ਜਿਵੇਂ ਤੁਸੀਂ ਮੰਨ ਲਓ ਸਾਰੀ ਚੀਜ਼ਾਂ ਆਪਾਂ ਕਰਨੀ ਹੈ ਨਾ ਕੋਈ ਦੀਵਾਨ ਸੈੱਟ ਲੈਣੇ ਸਾਡੇ ਕੋਲ ਸਪੈਸ਼ਲ ਦੀਵਾਨ ਸੈੱਟ ਹੈਗੇ ਆ ਦੀਵਾਨ ਸੈੱਟ ਦਿਖਾ ਬੇਟਾ ਆ ਦੇਖੋ ਦੀਵਾਨ ਸੈੱਟ ਹੁਣ ਇਹ ਬਹੁਤ ਅੱਛੀ ਕੁਆਲਿਟੀ ਦਾ ਹੈ ਜੀ ਦੀਵਾਨ ਸੈੱਟ ਦੀਵਾਨ ਸੈੱਟ ਆਪਣੇ ਕੋਲ ਤੁਸੀਂ ਉਹ ਲਗਾ ਲਓ ਵੀ 650 ਰੁਪਏ ਤੋਂ ਸ਼ੁਰੂ ਹੈ ਫੁੱਲ ਸੈੱਟ ਇੱਕ ਚਾਦਰ ਨਾਲ 5 ਕੁਸ਼ਨ ਨਾਲ 2 ਗਾਵਾ ਕਵਰਸ ਇਹ ਹੈਗਾ ਕਾਫੀ ਅੱਛੀ ਕੁਆਲਿਟੀ 'ਚ ਡਰਾਇੰਗ ਰੂਮ 'ਚ ਆਪਣੇ ਦੀਵਾਨ ਲੱਗੇ ਹੁੰਦੇ ਆ ਇੱਕ ਹੋਰ ਦਿਖਾ ਬੇਟੇ ਦੀਵਾਨ ਦੀਵਾਨ ਸੈੱਟ ਇੱਕ ਇਸ ਤਰ੍ਹਾਂ ਦੇ
ਮਤਲਬ ਆਪਣੇ ਹਰ ਇੱਕ ਫਰਨੀਚਰ ਨਾਲ ਮੈਚ ਹੋਣਗੇ। ਹੋਰ ਬੇਟੇ ਇੱਕ ਦਿਖਾਇਆ ਵਾਲੀ ਆ ਬੈੱਡ ਸ਼ੀਟ ਦਿਖਾਓ। ਆ ਦੇਖੋ ਜੀ ਆ ਵੀ ਕਿੰਗ ਸਾਈਜ਼ ਬੈੱਡ ਸ਼ੀਟ ਹੋਏਗੀ। ਇਹ ਬਹੁਤ ਅੱਛੇ ਕਲਰਸ ਨੇ, ਫਾਸਟ ਕਲਰਸ ਨੇ। ਜਿਨ੍ਹਾਂ ਨੇ ਫੰਕਸ਼ਨਲ ਹੀ ਲੈਣੀ ਹੈ ਬੈੱਡ ਸ਼ੀਟਸ, ਕੁੜੀ ਨੂੰ ਦੇਣੀ ਹੈ ਕੋਈ ਆਪਣੇ ਵਿਆਹ ਦੇ ਵਿੱਚ, ਰਾਇਲ ਲੁੱਕ ਦੇਣੀ ਹੈ ਆਪਣੇ ਬੈੱਡਰੂਮ ਨੂੰ, ਮਤਲਬ ਸਾਡੇ ਕੋਲ ਬਹੁਤ ਲੈ ਕੇ ਜਾਂਦੇ ਆ ਇਸ ਤਰ੍ਹਾਂ ਦੀਆਂ। ਇੱਕ ਉਹ ਦਿਖਾ ਬੇਟਾ ਆ ਵਾਲੀ, ਆ ਦੇਖੋ ਜੀ ਦੋ ਹੋਰ ਵੀ ਦਿਖਾਈ ਬੇਟਾ, ਦੋ ਹੋਰ ਦੇ ਪੇ ਪਿੰਕ, ਹਾਂ ਦਿਖਾ ਦੇ, ਆ ਦੇਖੋ ਆਈ ਦੇ ਆਈ ਬਹੁਤ ਅੱਛੀ ਡਿਜ਼ਾਈਨਿੰਗ ਹੋਏਗੀ। ਬਾਕੀ ਸਾਡੇ ਕੋਲ ਜਿਹੜੀ ਆਈਟਮ ਹੈ ਹੁਣ ਇਹ ਮਤਲਬ ਦੋਹਰ ਜਿਵੇਂ ਸਮਰ ਚੱਪਲ ਲੈਣੀ ਹੈ, ਏਸੀ ਦੇ ਨੀਚੇ ਲੈਣੀ ਹੈ, ਇਹਨੂੰ ਦੋਹਰ ਚ ਕਹਿ ਦਿੰਦੇ ਆ। ਆਹ ਸਿੰਗਲ ਸਿੰਗਲ ਹੈ ਜੀ, ਬਾਕੀ ਆਪਣੇ ਕੋਲ ਡਬਲ ਦੇ ਵੀ ਮਿਲ ਜਾਂਦੇ, ਵਧੀਆ ਤੋਂ ਵਧੀਆ ਮਿਲ ਜਾਂਦੇ ਆਪਣੇ ਕੋਲ, ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ, ਲਾਈਟ ਵੀ ਮਿਲ ਜਾਣਗੇ, ਡਾਰਕ ਵੀ ਮਿਲ ਜਾਣਗੇ ਜੀ। ਜੇ ਕਿਸੇ ਨੇ ਕਿੰਗ ਸਾਈਜ਼ 'ਚ ਦੋਹਰ ਨਾਲ ਬੈੱਡ ਸ਼ੀਟ ਨਾਲ ਦੋ ਪਿੱਲੋ ਕਾ ਉਹਦਾ ਸੈੱਟ ਲੈਣਾ, ਉਹ ਵੀ ਮਿਲ ਜਾਂਦਾ ਜੀ। ਆਹ ਦੇਖੋ ਆ ਜਿਵੇਂ ਆਹ ਤਾਂ ਸਾਰੇ ਸਿੰਗਲ ਦੇ ਪੇਅਰ ਆ ਗਏ ਜੀ, ਇੱਕ ਡਬਲ ਦਾ ਤੁਹਾਨੂੰ ਦਿਖਾਉਣਾ ਹੈਗਾ ਮੈਂ। ਆਹ ਦਿਖਾ ਦਿਓ ਆਪਣਾ ਕੰਪਿਊਟਰ ਸੈੱਟ ਦਿਖਾ ਦਿਓ, ਜਿਹੜਾ ਕੰਪਿਊਟਰ ਸੈੱਟ ਹੈ ਜੀ ਇਹਦੇ ਨਾਲ ਤੁਹਾਨੂੰ ਕਿੰਗ ਸਾਈਜ਼ ਕੰਪਿਊਟਰ ਮਿਲੇਗਾ, ਠੀਕ ਹੈ ਜੀ, ਨਾਲ ਕਿੰਗ ਸਾਈਜ਼ ਬੈੱਡ ਸ਼ੀਟ ਹੋਏਗੀ, ਨਾਲ ਦੋ ਪਿੱਲੋ ਕਵਰਸ ਹੋਣਗੇ, ਇਹ ਹੋਊਗਾ ਪਿਓਰ ਕਾਟਨ 'ਚ ਜੀ। ਆਹ ਦੇਖੋ ਵੀ ਇਹਨੂੰ ਹੱਥ ਲਾ ਕੇ ਦੇਖੋ ਜੀ, ਕੰਪਿਊਟਰ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਆ, ਇਹਨੂੰ ਸਟੱਫ ਨੂੰ ਹੱਥ ਲਾ ਕੇ ਦੇਖੋ ਕਿੰਨਾ ਲਾਈਟ ਵੇਟ ਹੈ ਤੇ ਕਿੰਨਾ ਵਧੀਆ ਸੁਪੀਰੀਅਰ ਹੈ, ਨਾਲ ਇਹ ਕੰਫਰਟਰ ਹੋ ਗਿਆ ਜੀ, ਰੂਮ ਵੀ ਮਤਲਬ ਤੁਹਾਡਾ ਐ ਹਾਂ ਖਿਲਾ ਖਿਲਾ ਲੱਗੂਗਾ ਜੀ। ਆ ਬੈੱਡ ਸ਼ੀਟ ਹੋ ਗਈ, ਨਾਲ ਦੋ ਪਿੱਲੋ ਕਵਰਸ ਹੋ ਗਏ, ਇਹ ਮਤਲਬ ਸਾਡੇ ਕੋਲ ਵਿਆਹ ਦੀ ਏ ਟੂ ਜ਼ੈਡ ਆਈਟਮ ਸਾਰੀ ਚੀਜ਼ ਇੱਕੋ ਰੂਫ ਥੱਲੇ ਮਿਲ ਜਾਂਦੀ ਹੈ। ਅਸੀਂ ਪ੍ਰੋਪਰ ਤੁਹਾਨੂੰ ਸਾਫ਼ ਪੈਕਿੰਗਸ ਕਰਕੇ ਦੇਵਾਂਗੇ, ਅਤੇ ਤੁਸੀਂ ਬਾਹਰ ਲੈ ਕੇ ਜਾਣਾ ਪ੍ਰੋਪਰ ਵੈਕਿਊਮ ਕਰਾ ਕੇ ਦੇਵਾਂਗੇ, ਵੀ ਸਾਰੀ ਆਪਣੇ ਕੋਲ ਹੋ ਜਾਂਦੀ ਹੈ ਰਿਕੁਆਇਰਮੈਂਟ ਪੂਰੀ। ਮੇਰੇ ਮਾਰਕੀਟ 'ਚ ਹੋਰ ਵੀ ਬਹੁਤ ਸਟੋਰਸ ਹੈ, ਬਟ ਮੈਨੂੰ ਐਂ ਦੱਸੋ ਸਾਡੇ ਵਿਊਜ਼ ਨੂੰ ਐਂ ਦੱਸੋ ਤੁਹਾਡੇ ਕੋਲ ਕਸਟਮਰ ਕਿਉਂ ਆਵੇ? ਵੀਰ ਜੀ ਸਭ ਤੋਂ ਪਹਿਲਾ ਰੀਜ਼ਨ ਇਹ ਵੀ ਸਾਡੇ ਕੋਲ ਅਸੀਂ ਚੀਜ਼ਾਂ ਬਹੁਤ ਮਤਲਬ ਅੱਛੀ ਲੈ ਕੇ ਆਉਂਦੇ ਹਾਂ ਨਾ, ਅੱਛੇ ਪ੍ਰਿੰਟਸ ਹੁੰਦੇ, ਅੱਛੇ ਤੁਹਾਡੀ ਚੋਇਸ ਦੀ ਚੀਜ਼ਾਂ ਹੁੰਦੀਆਂ। ਦੂਜੀ ਗੱਲ ਕੀ ਹੈ ਜੀ, ਆਪਣੇ ਕੋਲ ਰੇਟ ਦਾ ਬਹੁਤ ਫਰਕ ਪਏਗਾ ਜੀ ਤੁਹਾਨੂੰ ਸਾਡੇ ਕੋਲ ਆ ਕੇ। ਜਿਹੜੀ ਬੈੱਡ ਸ਼ੀਟ ਤੁਹਾਨੂੰ ਬਾਹਰੋਂ 700 ਰੁਪਏ ਦੀ ਤੁਸੀਂ ਲਓਗੇ, ਉਹ ਸਾਡੇ ਕੋਲ 500 ਰੁਪਏ ਦੀ ਮਿਲੇਗੀ ਤੁਹਾਨੂੰ। ਹੁਣ ਇਹਦਾ ਰੀਜ਼ਨ ਮੇਰੇ ਤੋਂ ਪੁੱਛੋ ਕਿਉਂ? ਕਿਉਂ ਇਹਦਾ ਰੀਜ਼ਨ ਇਹ ਹੈ ਵੀ ਜਿਹੜੀ ਆ ਜਗ੍ਹਾ ਹੈ ਜੀ, ਇਹ ਆਪਣੀ ਸਾਡੀ ਆਪਣੀ ਜਗ੍ਹਾ ਹੈ ਜੀ, ਸਾਨੂੰ ਨਾ ਤਾਂ ਕੋਈ ਰੈਂਟ ਪੇ ਕਰਨਾ ਪੈ ਰਿਹਾ ਜੀ। ਹੁਣ ਮੈਂ ਮੇਰੇ ਮਦਰ ਮੇਰੇ ਫਾਦਰ ਅਸੀਂ ਇਕੱਠੇ ਸਾਰੇ ਫੈਮਿਲੀ 'ਚ ਨੇ, ਨਾ ਸਾਡੇ ਕੋਲ ਸਾਨੂੰ ਇੰਪਲੋਇਜ਼ ਦਾ ਖਰਚਾ ਦੇਣਾ ਪੈ ਰਿਹਾ। ਜਿਵੇਂ ਤੁਸੀਂ ਆਊਟਰ ਮਾਰਕੀਟ 'ਚ ਜਾਓ, ਉਹਨਾਂ ਨੇ ਤਾਂ ਰੈਂਟ ਵੀ ਤੁਹਾਡੇ ਤੋਂ ਕੱਢਣਾ ਜੀ, ਇੰਪਲੋਇਜ਼ ਦਾ ਖਰਚਾ ਵੀ ਤੁਹਾਡੇ ਤੋਂ ਕੱਢਣਾ, ਉਹਨਾਂ ਦੇ ਚਾਹ ਪਾਣੀ ਦਾ ਖਰਚਾ ਵੀ ਤੁਹਾਡੇ ਤੋਂ ਕੱਢਣਾ, ਤਾਂ ਕਰਕੇ ਵੀ ਸਾਡੇ ਇੰਨੇ ਕੋਈ ਖਰਚੇ ਨਹੀਂ, ਤਾਂ ਕਰਕੇ ਆਪਣੇ ਕੋਲ ਤੁਹਾਨੂੰ ਘੱਟ ਰੇਟ 'ਚ ਚੀਜ਼ਾਂ ਮਿਲਣਗੀਆਂ। ਬਾਕੀ ਮੈਂ ਤੁਹਾਨੂੰ ਆਪਣਾ ਸਟੋਰ ਦਿਖਾਉਂਦਾ ਜੀ, ਜਿੰਨੀ ਸਾਡੇ ਕੋਲ ਵਰਾਇਟੀ ਹੋਵੇ। ਆਹ ਦੇਖੋ ਜੀ ਤੁਸੀਂ ਆਓ ਸਾਡੇ ਕੋਲ, ਆਹ ਤੁਸੀਂ ਦੇਖੋ ਸਾਡਾ ਜਿਹੜਾ ਸਾਰਾ ਸੈਕਸ਼ਨ ਹੈ ਜੀ, ਆਹ ਸਿੰਗਲ ਬਲੈਂਕਟਸ ਹੋ ਗਏ ਜੀ, ਆਹ ਜਿਹੜੀ ਸਪੈਸ਼ਲ ਬੈੱਡ ਸ਼ੀਟਾਂ ਹੋ ਗਈਆਂ, ਐਨ ਆਰ ਆਈ ਸੈਗਮੈਂਟ ਕਹਿੰਦੇ ਹਾਂ ਜੀ ਅਸੀਂ ਇਹਨਾਂ ਨੂੰ, ਵੀ ਜਿੰਨੇ ਵੀ ਐਨ ਆਰ ਆਈ ਸਾਡੇ ਕੋਲ ਕਸਟਮਰ ਆਉਂਦੇ ਨੇ, ਸਾਡੇ ਮੈਂਬਰ ਆਉਂਦੇ ਨੇ, ਉਹ ਬਹੁਤ ਖੁਸ਼ ਹੁੰਦੇ ਨੇ ਸਾਡੇ ਤੋਂ ਪਰਚੇਜ਼ ਕਰਕੇ। ਆਹ ਬੈੱਡ ਸ਼ੀਟਸ ਆ ਗਏ ਜੀ, ਆਹ ਸਾਡੇ ਕੋਲ ਕਰਟਨਸ ਦੀ ਵਰਾਇਟੀ ਆ, ਬੱਚਿਆਂ ਦੇ ਸੈੱਟ ਹੋ ਗਏ ਜੀ, ਆਹ ਬੈੱਡ ਸ਼ੀਟਸ ਹੋ ਗਈਆਂ, ਠੀਕ ਹੈ, ਆਹ ਸਰਦੀ 'ਚ ਜਿਹੜੇ ਰਜਾਈ ਸੈੱਟ ਹੋ ਗਏ ਕੁਇਲਟ ਕਵਰ ਨਾਲ ਬੈੱਡ ਸ਼ੀਟ, ਹੁਣ ਆਹ ਦੇਖੋ ਜੀ ਇਹ ਹੈਗੀ ਜੀ ਸਾਰੀ ਸਰਦੀ ਦੀ, ਮਤਲਬ ਤੁਸੀਂ ਕੋਈ ਵੀ ਬਾਹਰ ਲੈ ਕੇ ਜਾਣੀ ਹੈ, ਕੁਇਲਟਸ ਲੈ ਕੇ ਜਾਣੀ ਹੈ, ਕਿਸੇ ਦਾ ਵਿਆਹ ਸ਼ਾਦੀ ਹੈ ਵਿਆਹ 'ਚ ਦੇਣੀ ਹੈ, ਆਹ ਸਾਰੀ ਸਰਦੀ ਦੀ ਆਈਟਮ ਹੈ ਜੀ। ਤਾਂ ਕਰਕੇ ਵੀ ਆਪਣੀ ਕੋਲ ਆਪਣੀ ਜਗ੍ਹਾ ਅੱਛੀ ਹੋਣ ਕਰਕੇ, ਕੋਈ ਖਰਚੇ ਨਾ ਹੋਣ ਕਰਕੇ, ਵੀ ਜੋ ਵੀ ਤੁਹਾਨੂੰ ਚੀਜ਼ਾਂ ਬਹੁਤ ਘੱਟ ਰੇਟ 'ਚ ਮਿਲਣਗੀਆਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਜਿਹੜਾ ਸਾਡਾ ਆਊਟਲੈਟ ਹੈ ਜੀ ਉਹ ਅਸੀਂ ਘਰ 'ਚ ਕੀਤਾ ਹੋਇਆ ਜੀ, ਸਾਡਾ ਰੈਜੀਡੈਂਸ ਉੱਪਰ ਹੈ, ਅਸੀਂ ਨੀਚੇ ਸ਼ੋਪ ਕਮ ਫਲੈਟ ਬਣਾਇਆ ਹੋਇਆ ਹੈਗਾ। ਵੀ ਜਿਹੜੇ ਕਸਟਮਰ ਨੇ ਜਾਂ ਮੈਂਬਰ ਨੇ, ਮੰਨ ਲਓ ਕਈ ਵਾਰ ਆਪਣੇ ਇੱਕੋਦਮ ਵੀਜ਼ਾ ਲੱਗਿਆ ਹੁੰਦਾ, ਵੀ ਔਨ ਦਾ ਸਪੋਟ ਸ਼ੋਪਿੰਗ ਕਰਨੀ ਪੈਂਦੀ ਹੈ ਰਾਤੀ 9 ਵਜੇ ਤੋਂ ਬਾਅਦ, ਜਾਂ ਅਰਲੀ ਮੋਰਨਿੰਗ ਵੀ ਤੁਸੀਂ ਆਉਣਾ, ਤੁਸੀਂ ਆ ਸਕਦੇ ਹੋ ਸਾਡੇ ਨੰਬਰ 'ਤੇ, ਤੁਸੀਂ ਕਾਲ ਕਰਕੇ ਸਾਨੂੰ ਕਦੋਂ ਵੀ ਕਹਿ ਸਕਦੇ ਹੋ ਵੀ ਹਾਂਜੀ ਸਾਨੂੰ ਇੱਕੋਦਮ ਜ਼ਰੂਰਤ ਹੈ ਜੀ, ਤਾਂ ਅਸੀਂ ਤੁਹਾਡੇ ਕੋਲ ਜ਼ਰੂਰ ਹਾਜ਼ਰ ਹੋਵਾਂਗੇ। ਸਾਡੇ ਕੋਲ ਪਹੁੰਚਣ ਲਈ ਤੁਸੀਂ ਸਾਡਾ ਐਡਰੈਸ ਨੋਟ ਕਰ ਲਓ, ਤੁਸੀਂ ਘੋੜਾ ਚੌਂਕ ਕੋਲ ਆ ਗਏ 100 ਫੁੱਟੀ ਰੋਡ, ਜਦੋਂ ਆਪਾਂ ਪਾਵਰ ਹਾਊਸ ਰੋਡ ਦੀ ਲਾਈਟਾਂ ਵੱਲ ਨੂੰ ਜਾਣਾ, ਖੱਬੇ ਪਾਸੇ ਡਾਕਟਰ ਅੰਜੂ ਗਰਗ ਜੀ ਦਾ ਗਰਗ ਸਪੈਸ਼ਲਾਈਜ਼ ਹੋਸਪਿਟਲ ਹੈ, ਉਸ ਤੋਂ ਜਿਹੜੀ ਨੈਕਸਟ ਗਲੀ ਹੈ 6/3A, ਜਿਸ ਵਿੱਚ ਰੇਡੀਐਂਟ ਪਲੇਵੇ ਸਕੂਲ ਵੀ ਹੈ,
उस गली च टर्न करके अपना दूजा ही आउटलेट है जी, तुसी जरूर साडे कोल आओ। तो साडा नंबर हैगा 9478979947, दूसरा नंबर 7009809021। तो साडे कोल तुसी जरूर आओ, आप जल्दी मिलते हैं विद वेरी वेरी डिस्काउंट्स एंड गिफ्ट ऑफर्स। थैंक यू।